ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮੰਨੂ ਮੋੜ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਾਇੰਸ ਐਂਡ ਟੈਕਨੋਲੋਜੀ ਦੇ ਟਾਪ ਇੰਪੋਰਟੈਂਟ ਤੇ ਐਕਸਪੈਕਟਿਡ ਕੁਐਸਚਨ ਦੋਸਤੋ ਇਸ ਵੀਡੀਓ ਵਿੱਚ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਕਾਫੀ ਇੰਪੋਰਟੈਂਟ ਕੁਐਸਚਨਸ ਇਨਕਲੂਡ ਕੀਤੇ ਗਏ ਨੇ ਤਾਂ ਕਰਕੇ ਵੀਡੀਓ ਨੂੰ ਸਿਰਫ ਦੇਖੋ ਨਾ ਨਾਲ ਦੀ ਨਾਲ ਰਾਈਟ ਡਾਊਨ ਜ਼ਰੂਰ ਕਰ ਲਿਓ ਓਕੇ ਐਂਡ ਜੇ ਵੀਡੀਓ ਬੈਨੀਫੀਸ਼ੀਅਲ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਐਂਡ ਲਾਈਕ ਵੀ ਜ਼ਰੂਰ ਕਰ ਲਿਓ ਤੇ ਜਲਦੀ ਟਾਈਮ ਵੇਸ ਨਹੀਂ ਕਰਦੇ ਜਲਦੀ ਨਾਲ ਕੁਐਸਚਨ ਨੰਬਰ 1 ਦੀ ਗੱਲ ਕਰੀ ਮਨੁੱਖੀ ਪੁਲਾੜ ਮਿਸ਼ਨ ਗਗਨ ਯਾਰ ਕਿਸ ਸਾਲ ਲਾਂਚ ਕੀਤਾ ਜਾਵੇਗਾ ਠੀਕ ਹੈ ਪਹਿਲਾ ਇਹ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ ਯਾਦ ਰੱਖਿਓ ਇਹ ਨਾਮ ਤੁਹਾਨੂੰ ਐਗਜ਼ਾਮ ਵਿੱਚ ਬਹੁਤ ਦੇਖਣ ਨੂੰ ਮਿਲੇਗਾ ਕਿਉਂਕਿ ਕਾਫੀ ਨਿਊਜ਼ ਵਿੱਚ ਰਿਹਾ ਕਰੰਟ ਅਫੇਅਰ ਦੇ ਪੁਆਇੰਟ ਆਫ 뷰 ਨਾਲ ਦੇਖੇ ਤਾਂ ਵੀ ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ ਤਾਂ ਇਹ ਜਿਹੜਾ ਮਿਸ਼ਨ ਹੈ ਕਦੋਂ ਕਿਸ ਸਾਲ ਲਾਂਚ ਕੀਤਾ ਜਾਵੇਗਾ ਤਾਂ 2023 ਵਿੱਚ ਇਹ ਲਾਂਚ ਕੀਤਾ ਜਾਵੇਗਾ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ओके ਇਸੇ ਨਾਲ ਕੁਝ ਹੋਰ ਰਿਲੇਟਡ ਆਪਾਂ ਮੇਨ ਫੈਕਟ ਹੈ ਇੰਪੋਰਟੈਂਟ ਫੈਕਟ ਹੈ एग्जाम ਦੇ ਪੁਆਇੰਟ ਹੋ ਵੀ ਇਹਨਾਂ ਨੂੰ ਉਹ ਦੇਖ ਲੈਨੇ ਸੋ ਤੋਂ ਪਹਿਲਾਂ ਕੀ ਹੈ ਯੂਨੀਅਨ ਮਿਨਿਸਟਰ ਜਿਹੜਾ ਵੀ ਹੈ ਸਾਇੰਸ ਐਂਡ ਟੈਕਨੋਲੋਜੀ ਪੁਲਾਰ ਸਪੇਸ ਸ਼ਿਪ ਹੈ ਨਾ ਜਿਹੜੇ ਵੀ ਇਹ ਸਿਸਟਮ ਆਉਂਦਾ ਹੈ ਕਿਹੜੀ ਮਿਨਿਸਟਰੀ ਦੇ ਅੰਦਰ ਆਉਂਦਾ ਹੈ ਯੂਨੀਅਨ ਮਿਨਿਸਟਰੀ ਦੇ ਅੰਦਰ ਆਉਂਦਾ ਹੈ ਤੇ ਯੂਨੀਅਨ ਮਿਨਿਸਟਰ ਕੌਣ ਹੈ ਜਤਿੰਦਰ ਸਿੰਘ ਹੈ एग्जाम ਵਿੱਚ ਡਾਇਰੈਕਟ ਪੁੱਛਿਆ ਜਾਂਦਾ ਕਈ ਵਾਰ ਕਿ ਭਾਰਤ ਦਾ ਜਿਹੜਾ ਯੂਨੀਅਨ ਮਿਨਿਸਟਰ ਕੌਣ ਹੈ ਉਹ ਜਤਿੰਦਰ ਸਿੰਘ ਹੈ ਠੀਕ ਹੈ ਇਸ ਤੋਂ ਲਾਵਾ ਮਨੁੱਖੀ ਪਲਾਟ ਮਿਸ਼ਨ ਗਗਨ ਯਾਨ ਜਦੋਂ ਇਹ ਲਾਂਚ ਕਰੇਗਾ ਭਾਰਤ ਹੁਣ ਇਹ ਕੀ ਆ ਆਲ ਵਰਲਡ ਦਾ ਚੌਥਾ ਦੇਸ਼ ਬਣ ਚੁੱਕਿਆ ਠੀਕ ਹੈ ਉਥੇ ਨੰਬਰ ਦਾ ਦੇਸ਼ ਬਣ ਚੁੱਕਿਆ ਜਿਹੜਾ ਮਨੁੱਖੀ ਪਲਾਟ ਮਿਸ਼ਨ ਗਗਨ ਯਾਨ ਲਾਂਚ ਕਰੇਗਾ ਇਸ ਤੋਂ ਪਹਿਲਾਂ ਇਹ ਹੋਰ ਦੇਸ਼ਾਂ ਨੇ ਜਿਹੜਾ ਕਿ ਇਹ ਮਿਸ਼ਨ ਹੈ ਇਹ ਕਾਮਯਾਬ ਕਰ ਲਿਆ ਹੈ ਤਜਮੀ ਯੂ ਐਸਏ ਰਸ਼ੀਆ ਤੇ ਚਾਈਨਾ ਇਹ ਤਿੰਨ ਕੰਟਰੀਜ਼ ਨੇ ਹਨਾ ਇਸ ਤੋਂ ਪਹਿਲਾਂ ਜਿਹੜੇ ਕੀ ਮਨੁੱਖੀ ਪਲਾਨਡ ਮਿਸ਼ਨ ਯੂਜ਼ ਕਰ ਚੁੱਕੇ ਨੇ ਮਤਲਬ ਕਿ ਜਿਹੜੇ ਸਪੇਸ ਸ਼ਿਪ ਹੈ ਇਹ ਅੰਤਰਿਕਸ਼ ਵਿੱਚ ਪਹੁੰਚ ਚੁੱਕੇ ਨੇ ਤੇ ਹੁਣ ਕਿਹੜਾ ਭਾਰਤ ਹੈ ਇਹ 4ਥ ਨੰਬਰ ਦੇ ਐਗਜ਼ਾਮ ਵਿੱਚ ਇਹ ਪੁਆਇੰਟ ਵੀ ਯਾਦ ਰੱਖਿਓ ਐਗਜ਼ਾਮ ਵਿੱਚ ਪੈ ਸਕਦਾ ਠੀਕ ਹੈ 4ਥ ਨੰਬਰ ਦਾ ਪੁੱਛੇ ਨੰਬਰ 2 ਦੀ ਗੱਲ ਕਰੀਏ ਇੱਥੇ ਪੁੱਛਿਆ ਗਿਆ ਇਨਸਪਾਇਰ ਸਟੈਂਫੋਰਡ ਦਾ ਡੈਸ਼ ਇਨਸਪਾਇਰ ਦੀ ਫੁੱਲ ਫਾਰਮ ਕੀ ਹੈ ਦਾ ਕਥੇ ਇਹ ਪੁੱਛਿਆ ਗਿਆ ਐਗਜ਼ਾਮ ਦੇ ਪੁਆਇੰਟ ਦੇ ਨਾਲ ਕਾਫੀ ਇੰਪੋਰਟੈਂਟ ਹੈ ਤਾਂ ਇਸ ਦਾ ਰਾਈਟ ਆਨਸਰ ਹੋਗਾ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਇੰਟਰਨੈਸ਼ਨਲ ਸਪੇਸ ਪ੍ਰੋਗਰਾਮ ਇਨ ਰਿਸਰਚ ਐਂਡ ਐਜੂਕੇਸ਼ਨ ਠੀਕ ਹੈ ਇਹ ਇਸ ਦਾ ਰਾਈਟ ਆਨਸਰ ਹੋਵੇ ਇਸ ਦੀ ਫੁੱਲ ਫਾਰਮ ਹੋਵੇ ਤੇ ਇਹ ਹੈ ਕਿ ਜੇ ਇਨਸਪਾਇਰ ਦੇਖੋ ਧਰਤੀ ਦੇ ਨਿਰਖਣ ਵਾਸਤੇ ਉਪਗ੍ਰਹਿ ਤੋਂ ਇਲਾਵਾ ਠੀਕ ਹੈ ਲਾਂਚ ਵਾਹਨ ਦੇ ਛੋਟੇ ਉਪਗ੍ਰਹਿ ਵੀ ਸਨ ਠੀਕ ਹੈ ਉਪਗ੍ਰਹਿ ਦੇ ਨਾਲ ਹੀ ਆ ਮਤਲਬ ਕਿ ਦੋ ਛੋਟੇ ਛੋਟੇ ਉਪਗ੍ਰਹਿ ਵੀ ਨੇ ਉਹਨਾਂ ਦੇ ਨਾਮ ਹੈ ਇੱਕ ਦਾ ਇਨਸਪਾਇਰ ਸੈਟਲਾਈਟ 1 ਹੈ ਇੱਕ ਆਈਐਨਐਸ ਸੈਟਲਾਈਟ 2 ਹੈ ਠੀਕ ਹੈ ਇਹ ਦੋ ਛੋਟੇ ਉਪਗ੍ਰਹਿ ਨੇ ਤੇ ਇਨ ਵਿੱਚੋਂ ਕਿਹਕੇ ਇਨਸਪਾਇਰ ਜਿਸ ਦੀ ਫੁੱਲ ਫਾਰਮ ਪੁੱਛੀ ਗਈ ਹੈ ਓਕੇ ਯਾਦ ਰੱਖਿਓ ਚੀਜ਼ ਵੀ ਕੁਐਸਚਨ ਨੰਬਰ 3 ਨਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜੀ ਕੰਪਨੀ ਭਾਰਤ ਵਿੱਚ ਆਪਣੀ ਪਹਿਲੀ 5G ਇਨੋਵੇਸ਼ਨ ਲੈਬ ਖੋਲੀ ਠੀਕ ਹੈ ਕਿਹੜੀ ਕੰਪਨੀ ਹੈ 5G ਇਨੋਵੇਸ਼ਨ ਲੈਬ ਦੀ ਗੱਲ ਹੋ ਰਹੀ ਹੈ ਓਕੇ ਇੱਥੇ ਯਾਦ ਰੱਖਿਓ ਲੈਬ ਦੀ ਗੱਲ ਹੋਈ ਹੈ ਤੇ ਕਨਫਿਊਜ਼ਨ ਹੋਏ ਕਈ ਵਾਰ 5G ਦਾ ਵੀ ਨੈਟਵਰਕ ਸਭ ਤੋਂ ਪਹਿਲਾਂ ਕਿਹੜਾ SIM ਦੇਵੇਗਾ ਤੇ ਕਿਹੜੀ ਕੰਪਨੀ ਦੇ ਵੀ ਇਹ ਵੀ ਕੁਐਸਚਨ ਪੁੱਛੇ ਜਾਂਦੇ ਨੇ ਬਟ ਉਹ ਸਾਇੰਸ ਐਂਡ ਟੈਕ ਡਿਜੀਟਲ ਲਿਟਰੇਸੀ ਵਿੱਚ ਆ ਜਾਂਦੇ ਨੇ ਠੀਕ ਹੈ ਜੀ ਸਾਰੀ ਸਾਰੀ ਟੈਕਨੋਲੋਜੀ ਦਾ ਦੇਖੇ ਤਾਂ ਇਹ ਕੁਐਸਚਨ ਪੁੱਟ ਹੋ ਸਕਦਾ ਹੈ 5G ਇਨੋਵੇਸ਼ਨ ਲੈਬ ਖੋਲ ਸਕਦੀ ਹੈ ਠੀਕ ਖੋਲ ਨਹੀਂ ਮਤਲਬ ਕਿਹੜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਪ ਆਪਸ਼ਨ ਨੰਬਰ ਬੀ ਜੀ ਇ ਹੈਲਥ케ਅਰ ਨਾਮਕ ਕੰਪਨੀ ਹੈ ਜੋ ਭਾਰਤ ਵਿੱਚ ਪਹਿਲੀ 5G ਇਨੋਵੇਸ਼ਨ ਲੈਬ ਖੋਲੀ ਹੈ ਕੁਐਸਚਨ ਨੰਬਰ 4 ਦੀ ਗੱਲ ਕਰੀਏ ਇਹ ਦੋ ਨਾਮ ਹੈ ਬਹੁਤ ਹੀ ਇੰਪੋਰਟੈਂਟ ਨਾਮ ਹੈ ਇਹ ਯਾਦ ਰੱਖਿਓ ਦਾ ਜੁਆਇੰਟ ਇੰਪੈਕਟ ਜਾਂ ਦਾ ਬਿਗ ਸਪਲਟ ਠੀਕ ਹੈ ਇਹਨਾਂ ਵਿੱਚੋਂ ਇਹ ਮਤਲਬ ਇਹ ਨਾਮ ਹੈ ਕੁਐਸਚਨ ਕੀ ਕਹਿੰਦਾ ਇਹ ਜਿਹੜੇ ਦੋ ਨਾਮ ਨੇ ਇਹ ਕਿਸ ਸੰਸਥਾ ਦੇ ਗਠਨ ਨਾਲ ਸੰਬੰਧਿਤ ਹੈ ਠੀਕ ਹੈ ਕਿਸ ਦੇ ਨਾਲ ਸੰਬੰਧਿਤ ਹੈ ਯਾਦ ਰੱਖਿਓ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਸਟਾਰਸ ਯਾਨੀ ਤਾਰਿਆਂ ਦੇ ਨਾਲ ਰਿਲੇਟਡ ਹੈ ਠੀਕ ਹੈ ਕੁਐਸਚਨ ਨੰਬਰ 5 ਦੀ ਗੱਲ ਕਰੀਏ ਕਿਹੜੀ ਸੰਸਥਾ ਨੇ ਵਿਯਮ ਮਿੱਤਰ ਵਿਯਮ ਮਿੱਤਰ ਵੀ ਕਾਫੀ ਇੰਪੋਰਟੈਂਟ ਨਾਮ ਹੋ ਜਾਂਦਾ ਕਿਉਂਕਿ ਹਾਲ ਹੀ ਨਿਊਜ਼ ਵਿੱਚ ਬਹੁਤ ਪ੍ਰਚਲਿਤ ਰਹੀ ਹੈ ਇਹ ਵਿਯਮ ਮਿੱਤਰਾ ਤੇ ਹੁਣ ਵਿਯਮ ਮਿੱਤਰਾ ਨਾਮ ਦਾ ਭਾਰਤੀ ਰੋਵਰ ਹੈ ਤਿਆਰ ਕੀਤਾ ਕਿਸ ਸੰਸਥਾ ਨੇ ਕੀਤਾ इसरो द्वारा हे तैयार ਕੀਤਾ ਗਿਆ অপশন ਨੰਬਰ B ਇਸ ਦਾ ਰਾਈਟ ਆਨਸਰ ਹੈ इसरो ਦੁਆਰਾ ਵਿਓਮਿਤਰਾ ਨਾਮ ਦਾ ਰੋਬੋਟ ਤਿਆਰ ਕੀਤਾ ਤੇ ਇਸ ਨਾਲ ਕੁਝ ਇੰਪੋਰਟੈਂਟ ਫੈਕਟ ਦੀ ਗੱਲ ਕਰੇ ਵਿਓਮਿਤਰਾ ਜਿਹੜਾ ਇਹ ਰੋਬੋਟ ਹੈ ਠੀਕ ਹੈ ਪਹਿਲੀ ਗੱਲ ਤਾਂ ਇਹ ਕਲੀਅਰ ਕਰ ਲੋ ਵਿਓਮਿਤਰਾ ਨਾਮ ਦਾ ਰੋਬੋਟ ਦਾ ਇਹ ਇੱਕ ਫੀਮੇਲ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਵਿਓਮਿਤਰਾ ਕਿਸ ਟਾਈਪ ਦਾ ਰੋਬੋਟ ਹੈ ਤਾਂ ਯਾਦ ਰੱਖਿਓ ਫੀਮੇਲ ਰੋਬੋਟ ਬਣਾਈ ਗਈ ਹੈ ਇਹ ਤੇ ਇਹ ਕਦੋਂ ਬਣਾਈ ਗਈ ਸੀ 22 ਜਨਵਰੀ 2020 ਵਿੱਚ ਬਣਾਈ ਗਈ ਸੀ ਠੀਕ ਹੈ ਇਹ ਵੀ ਆਦ ਰੱਖਿਓ ਤੇ ਇਸ ਤੇ ਲਗਾਤਾਰ ਕੰਮ ਚੱਲ ਰਿਹਾ ਹੋਰ ਕਾਫੀ ਐਡਵਾਂਸ ਬਣਾਇਆ ਜਾ ਰਿਹਾ ਇਸ ਨੂੰ ਤਾਂ ਕਰਕੇ ਕਾਫੀ ਫੇਮਸ ਤੇ ਪਾਰਤ ਦੀ ਪਹਿਲੀ ਫੀਮੇਲ ਰੋਬੋਟ ਇਸ ਤੋਂ ਬਾਅਦ ਕੁਐਸਚਨ ਨੰਬਰ 7 ਦੀ ਗੱਲ ਕਰੀਏ ਕਿਹੜੇ ਭਾਰਤੀ ਸੰਸਥਾਨ ਨੇ ਪ੍ਰੋਜੈਕਟ ਪ੍ਰਣਾ ਦੇ ਨਾਮ ਹੇਠ ਇੰਟੈਂਸਿਵ ਕੇਅਰ ਯੂਨਿਟ ਯਾਨੀ ਆਈਸੀਯੂ ਅਤੇ ਦੇਖੋ ਦੋ ਟਾਈਪ ਦੇ ਕੁਐਸਚਨ ਕਵਰ ਹੁੰਦੇ ਆ ਆਈਸੀਯੂ ਦੀ ਫੁੱਲ ਫਾਰਮ ਵੀ ਕਈ ਵਾਰ ਪੁੱਛ ਲਈ ਜਾਂਦੀ ਹੈ ਤੇ ਯਾਦ ਰੱਖਿਓ ਇੰਟੈਂਸਿਵ ਕੇਅਰ ਯੂਨਿਟ ਹੈ ਆਈਸੀਯੂ ਗ੍ਰੇਡ ਵੈਂਟੀਲੇਟਰ ਤਿਆਰ ਕੀਤਾ ਠੀਕ ਹੈ ਕਿਹੜੀ ਸੰਸਥਾ ਨੇ ICU ਤਿਆਰ ਕੀਤਾ ਪ੍ਰੋਜੈਕਟ ਪੁਰਾਣਾ ਦੇ ਤਹਿਤ ਠੀਕ ਹੈ ਕੁਐਸਚਨ ਇਹ ਕਹਿੰਦਾ ਤਾਂ ਇਸ ਦਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ A ਇੰਡੀਅਨ ਇੰਸਟੀਚਿਊਟ ਆਫ ਸਾਇੰਸ ਨੇ ICU ਮਹਿਜ਼ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਤਿਆਰ ਕਰ ਦਿੱਤਾ ਠੀਕ ਹੈ ਯਾਦ ਰੱਖਿਓ ਇਹ ਵੀ ਇਗਜ਼ਾਮ ਦੇ ਪੁਆਇੰਟ ਦੇ ਵਿੱਚ ਬਹੁਤ ਕਾਫੀ ਇੰਪੋਰਟੈਂਟ ਹੈ ਤੇ ਇੱਕ ਗੱਲ ਹੋਰ ਦੋਸਤੋ ਜੇ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੇ WhatsApp ਗਰੁੱਪ ਨਹੀਂ ਜੁਆਇਨ ਕੀਤਾ ਉਹ ਵੀ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਉੱਥੇ ਜਾ ਕੇ WhatsApp ਗਰੁੱਪ ਜੁਆਇਨ ਕਰ ਲਓ WhatsApp ਗਰੁੱਪ ਵਿੱਚ ਵੀ ਤੁਹਾਨੂੰ ਕਲਾਸ ਦੇ ਲਿੰਕ ਨੇ ਜਿਹੜੇ ਰੈਗੂਲਰਲੀ ਮਿਲਦੇ ਰਹਿਣਗੇ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 7 ਦੀ ਗੱਲ ਕਰੀ ਇਸਰੋ ਨੇ 14 ਫਰਵਰੀ 2022 ਨੂੰ ਵਿੱਚ ਤਿੰਨ ਸੈਟੇਲਾਈਟ ਲੈ ਕੇ ਜਾਣ ਵਾਲੇ ਪੋਲਰ ਸੈਟੇਲਾਈਟ ਲੌਂਚ ਵਹੀਕਲ ਡੈਸ਼ ਨੂੰ ਲੌਂਚ ਕੀਤਾ ਠੀਕ ਹੈ ਉਹਦਾ ਫਰਵਰੀ ਨੂੰ ਤਿੰਨ ਸੈਟੇਲਾਈਟ ਗਏ ਨੇ ਆਪਣੇ ਭਾਰਤ ਦੇ ਅੰਤਰਿਕਸ਼ ਵਿੱਚ ਠੀਕ ਹੈ ਤੇ ਉਹਨਾਂ ਦੇ ਲਈ ਲੌਂਚ ਵਹੀਕਲ ਕਿਹੜਾ ਲੌਂਚ ਕੀਤਾ ਗਿਆ ਸੀ ਤੇ ਯਾਦ ਰੱਖੋ of number EPSLV C52 C52 ਆਪਾਂ ਕੀ ਮੇਂ ਰਿਲੇਟ ਕਰਕੇ ਯਾਦ ਰੱਖ ਸਕਦੇ ਆ ਇੱਕ ਦਵਾਈ ਆਉਂਦੀ ਹੈ ਲਿਵ 52 ਹੈ ਠੀਕ ਹੈ ਇਸ ਤਰ੍ਹਾਂ ਆਪਾਂ इजीली ਇਸ ਨੂੰ ਰਿਲੇਟ ਕਰਕੇ ਮਾਈਂਡ ਵਿੱਚ ਸੈੱਟ ਕਰ ਸਕਦੇ ਆ ਓਕੇ ਤੇ ਇਸ ਨਾਲ ਕੁਝ ਹੋਰ ਇੰਪੋਰਟੈਂਟ ਫੈਕਟਰ ਦੀ ਗੱਲ ਕਰੀਏ ਇਹ ਕਿਸ ਦੁਆਰਾ ਲਾਂਚ ਕੀਤਾ ਗਿਆ ਸੀ ਇਸਰੋ ਦੁਆਰਾ ਲਾਂਚ ਕੀਤਾ ਗਿਆ ਸੀ ਇਹ ਤੇ ਕਿਹੜੇ ਸਪੇਸ ਸੈਂਟਰ ਤੋਂ ਕੀਤਾ ਗਿਆ ਸੀ 30 ਸਤਨ ਸਪੇਸ ਸੈਂਟਰ ਸ੍ਰੀ ਹਰਿਕੋਟਾ ਕਾਫੀ ਵਾਰ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਸਤੀਸਤਵਨ ਸਪੇਸ ਸੈਂਟਰ ਕਿੱਥੇ ਹੈ ਤਾਂ ਸ੍ਰੀ ਹਰਿਕੋਟਾ ਯਾਦ ਰੱਖਿਓ ਤੇ ਸ੍ਰੀ ਹਰਿਕੋਟਾ ਕਿੱਥੇ ਹੈ ਐਮ ਪੀ ਯਾਨੀ ਮੱਧ ਪ੍ਰਦੇਸ਼ ਵਿੱਚ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 8 ਦੀ ਗੱਲ ਕਰੀਏ ਇੰਡੀਆ ਦਾ ਫਾਸਟ ਫਰਸਟ ਸੁਪਰ ਕੰਪਿਊਟਰ ਪਰਮ 8000 ਠੀਕ ਹੈ ਇਗਜ਼ਾਮ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ ਕੰਪਿਊਟਰ ਵਿੱਚ ਵੀ ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ ਕਿ ਇੰਡੀਆ ਦਾ ਫਰਸਟ ਹੈ ਜਿਹੜਾ ਪਹਿਲਾ ਸੁਪਰ ਕੰਪਿਊਟਰ ਜਿਹੜਾ ਤੇ ਯਾਦ ਰੱਖਿਓ ਪਰਮ 8000 ਹੈ ਇਸ ਦਾ ਨਾਮ ਹੈ ਕੰਪਿਊਟਰ ਦਾ ਨਾਮ ਹੈ ਤੇ ਇਸ ਨੂੰ ਕਿਹੜੇ ਸਾਲ ਵਿੱਚ ਬਣਾਇਆ ਗਿਆ ਸੀ 1991 ਸਬੀ ਵਿੱਚ ਬਣਾਇਆ ਗਿਆ ਸੀ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਓਕੇ ਤੇ ਇਸ ਤੋਂ ਬਾਅਦ ਇਹ ਕਿਸ ਦੁਆਰਾ ਬਣਾਇਆ ਗਿਆ ਇਸ ਕੇਮ ਬਾਰੇ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਪਰਮ ਕੰਪਿਊਟਰ ਦਾ ਡਿਸਕਵਰਰ ਕੌਣ ਹੈ ਤਾਂ ਬੀ ਜੀ ਪੀ ਭਟਕਰ ਹੈ ਇਹ ਨਾਮ ਵੀ ਤੁਸੀਂ ਯਾਦ ਰੱਖੋ ਇਸ ਦੁਆਰਾ ਕੀ ਪਾੜ ਦਾ ਪਹਿਲਾ ਸੁਪਰ ਕੰਪਿਊਟਰ ਬਣਾਇਆ ਗਿਆ ਸੀ ਇਸ ਤੋਂ ਬਾਅਦ ਇਸ ਦੀ ਨਵੀਂ ਸੀਰੀਜ਼ ਆ ਰਹੀ ਨੇ ਮਤਲਬ ਕਿ ਜਿਹੜਾ ਪਰਮ ਕੰਪਿਊਟਰ ਸੀ ਇਸ ਦਾ ਨਵਾਂ ਵਰਜ਼ਨ ਆਉਂਦਾ ਰਹਿੰਦਾ ਹੈ ਤਾਂ ਇਹ ਨਵਾਂ ਵਰਦਨ ਕੱਢਣ ਦਾ ਕੰਮ ਜਿਹਦਾ ਸੀਡੈਕ ਕੰਪਨੀ ਦਾ ਓਕੇ ਇਹ ਚੀਜ਼ ਵੀ ਤੁਸੀਂ ਯਾਦ ਰੱਖੋ ਇਸੇ ਵੱਲ ਕੁਐਸਚਨ ਨੰਬਰ 9 ਦੀ ਗੱਲ ਕਰੀਏ ਮਾਰਚ 2022 ਵਿੱਚ ਕਿਹੜੇ ਦੇਸ਼ ਨੇ ਦੂਜਾ ਉਪਗ੍ਰਹਿ ਨੂਰ 2 ਪਲਾਰਟ ਵਿੱਚ ਲਾਂਚ ਕੀਤਾ ਨੂਰ ਤੋਂ ਪਹਿਲਾਂ ਯਾਦ ਰੱਖ ਸਕਦੇ ਆ ਇਹ ਮੁਸਲਮਾਨੀ ਨਾਮ ਹੈ ਨਾ ਇਸਲਾਮੀ ਕਿ ਨਾਮ ਹੈ ਤਾਂ ਇਸ ਨਾਮ ਮੈਂ ਕੰਟਰੀ ਦਾ ਹੀ ਜਿਹੜਾ ਇਹ ਸੈਟੇਲਾਈਟ ਹੋਵੇਗਾ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆ ਇਰਾਨ ਠੀਕ ਹੈ ਈਰਾਨ ਹੈ ਜਿਹੜਾ ਨੂਰ 2 ਨਾਮਕ ਜਿਹੜਾ ਇਹ ਉਪਗ੍ਰਹਿ ਪਲਾਰਟ ਵਿੱਚ ਭੇਜਿਆ ਪ੍ਰਸ਼ਨ ਨੰਬਰ 10 ਦੀ ਗੱਲ ਕਰੀਏ ਇਸਰੋ ਨੇ ਜਨਵਰੀ 2023 ਵਿੱਚ ਗਗਨ ਯਾਨ ਮਿਸ਼ਨ ਦੇ ਤਹਿਤ ਆਪਣੇ ਕਿਹੜੇ ਇੰਜਣ ਦੀ ਵਰਤੋਂ ਕੀਤੀ ਜਾਣੀ ਹੈ ਠੀਕ ਹੈ 2023 ਵਿੱਚ ਜਿਹੜਾ ਇਸਰੋ ਗਗਨ ਯਾਨ ਜਿਹੜਾ ਅੰਤਰਿਕਸ਼ ਵਿੱਚ ਭੇਜਿਆ ਉਸ ਵਿੱਚ ਜਿਹੜਾ ਵਿਕਲ ਹੋਵੇਗਾ ਉਪਗ੍ਰਹ ਨੂੰ ਦੇਖੋ ਦੋਸਤੋ ਉਪਗ੍ਰਹ ਨੂੰ ਇੱਕ ਵਿਕਲ ਹੁੰਦਾ ਜਿਵੇਂ ਆਪਾਂ ਗੱਡੀ ਵਿੱਚ ਕੋਈ ਉਪਗ੍ਰਹ ਰੱਖ ਕੇ ਕਿਸੇ ਹੋਰ ਸ਼ਹਿਰ ਲੈ ਜਾਣਿਆ ਉਸੇ ਤਰ੍ਹਾਂ ਇੱਕ ਵਿਕਲ ਹੁੰਦਾ ਉਡਣ ਵਾਲਾ ਜਹਾਜ਼ ਤਰ੍ਹਾਂ ਹੁੰਦਾ ਉਸ ਵਿੱਚ ਕੀ ਹੈ ਜਿਹੜਾ ਆਪਣਾ ਸੈਟੇਲਾਈਟ ਰੱਖਿਆ ਜਾਂਦਾ ਤੇ ਉੱਪਰ ਭਜਾ ਦਿੱਤਾ ਜਾਂਦਾ ਆਸਮਾਨ ਵਿੱਚ ਠੀਕ ਹੈ ਉੱਥੇ ਆਸਮਾਨ ਵਿੱਚ ਜਾ ਕੇ ਉਹ ਵਿਕਲ ਅਲੱਗ ਹੋ ਜਾਂਦਾ ਤੇ ਜਿਹੜਾ ਆਪਣਾ ਸੈਟੇਲਾਈਟ ਉਹ ਅਲੱਗ ਹੋ ਜਾਂਦਾ ਠੀਕ ਹੈ ਤਾਂ ਇਸ ਵਿੱਚ ਕੁਐਸਚਨ ਵਿੱਚ ਕੀ ਕਹਿੰਦਾ 2023 ਵਿੱਚ ਜਿਹੜਾ ਗਗਨ ਯਾਨ ਮਿਸ਼ਨ ਹੋਵੇਗਾ ਉਸ ਦੇ ਤਹਿਤ ਕਿਹੜਾ ਇੰਜਣ ਜਾਵੇਗਾ ਮਤਲਬ ਜਿਹੜੇ ਵਿਕਲ ਹੋਵੇ ਉਸ ਵਿੱਚ ਕਿਹੜਾ ਇੰਡੀਅਨ ਦੀ ਵਰਤੋਂ ਕੀਤੀ ਜਾਵੇਗੀ ਤੇ ਇਸ ਇੰਜਣ ਦੀ 25 ਸਕਿੰਟਾਂ ਦਾ ਕੁਆਲੀਫਿਕੇਸ਼ਨ ਟੈਸਟ ਸਵਲਤਾਪੂਰਵਕ ਸ਼ੁਰੂ ਕਰ ਦਿੱਤਾ ਗਿਆ ਹੋ ਚੁੱਕਿਆ ਟੈਸਟ ਵੀ ਹੋ ਚੁੱਕਿਆ ਹੈ ਕੰਫਰਮ ਹੋ ਚੁੱਕਾ ਹੈ ਕਿ ਇਹ ਇੰਡਨ ਯੂਜ਼ ਕਰਾਂਗੇ ਆਪਾਂ ਇਸ ਵਿਕਲਪ ਵਿੱਚ ਠੀਕ ਹੈ ਤਾਂ ਉਹ ਇੰਡਨ ਕਿਹੜਾ ਆਫੀਸ ਨੰਬਰ ਸੀ ਵਿਕਾਸ ਇੰਜਨ ਹੈ ਜਿਹੜਾ ਕਿ ਕਗਨਿਆਨ ਵਿੱਚ 2023 ਵਿੱਚ ਯੂਜ਼ ਕੀਤਾ ਜਾਵੇਗਾ ਤੇ ਇੱਕ ਵਾਰ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਇਹ ਟੈਸਟ ਹੋਇਆ ਸੀ ਜਿਹੜਾ ਇੰਜਨ ਦਾ 25 ਸੈਕਿੰਡਾਂ ਦਾ ਟੈਸਟ ਹੋਇਆ ਸੀ ਇਹ ਕਿੱਥੇ ਹੋਇਆ ਸੀ ਇਹ ਤਾਮਿਲ 나ਡੂ ਵਿੱਚ ਹੋਇਆ ਸੀ ਕੁਐਸਚਨ ਨੰਬਰ 11 ਦੀ ਗੱਲ ਕਰੀਏ NASA ਨੇ ਦਸੰਬਰ 2021 ਵਿੱਚ ਦੁਨੀਆ ਦਾ ਸਭ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਪੁਲਾੜ ਟੈਲੀਸਕੋਪ ਲੌਂਚ ਕੀਤਾ ਇਹ ਨਾਮ ਤੁਸੀਂ ਯਾਦ ਰੱਖੋ नासा नासा मैंने अमेरिका अमेरिका दे ये स्पेस रिसर्च सेंटर है नासा ठीक है ते इसने की ਕੀਤਾ टेलीस्कोप लॉन्च ਕੀਤਾ पुलाड ਦਾ ਠੀਕ ਹੈ ਸਬ ਤੋਂ ਟੈਲੀਸਕੋਪ ਮੈਨੇ ਦੂਰਬਿੰਦ ਠੀਕ ਹੈ ਦੂਰਬਿੰਦ ਲਾਂਚ ਕੀਤਾ ਤਾਂ ਉਸ ਦੂਰਬਿੰਦ ਯਾਨੀ ਟੈਲੀਸਕੋਪ ਦਾ ਨਾਮ ਕੀ ਹੈ ਤਾਂ ਉਸ ਦਾ ਨਾਮ ਕੀ ਆਪਸ਼ਨ ਨੰਬਰ B ਰਾਈਟ ਆਨਸਰ ਹੈ ਜੇਮਸ ਵੈਬ ਟੈਲੀਸਕੋਪ ਹੈ ਠੀਕ ਹੈ ਤੇ ਇਸ ਵਿੱਚ ਜਿਹੜਾ ਲੈਂਸ ਲੱਗਿਆ ਕਈ ਵਾਰ ਜਿਆਦਾ ਹੀ ਡੀਪ ਕੁਐਸਚਨ ਪੁੱਛਣ ਤਾਂ ਲੈਂਸ ਦੀ ਲੰਬਾਈ ਪੁੱਛ ਲੈਣਗੇ ਜ਼ਿਆਦਾਤਰ ਤਾਂ ਲੈਂਸ ਦੀ ਲੰਬਾਈ ਜਿਹੜੇ ਇਸ ਦੂਰਬਿੰਦ ਦੇ ਅੰਦਰ ਹੈ ਉਹ 220 ਫੁੱਟ ਦਾ ਇੱਕ ਫੁੱਟ ਦਾ 골ਡ ਪਲੇਟਡ ਲੈਂਦਾ ਹੈ ਇਹ ਵੀ ਚੀਜ਼ ਤੁਸੀਂ ਯਾਦ ਰੱਖ ਲਓ ਕੁਐਸਚਨ ਨੰਬਰ 12 ਦੀ ਗੱਲ ਕਰੀ ਇਸਰੋ ਨੇ ਕਿਹੜੇ ਰਾਕਟ ਤੋਂ ਰਿਕਾਰਡ 104 ਸੈਟੇਲਾਈਟਸ ਵੱਲ ਦਾ ਪੂਰਵਕ ਮਿਸ਼ਨ ਕਿਤੇ ਸੀ ਆਪਣੇ ਭਾਰਤੀ ਇਸਰੋ ਨੇ ਜਿਹੜਾ ਭਾਰਤ ਦੀ ਆਪਣੀ ਸਪੇਸ ਸਰਵਸੈਂਟਰ ਹੈ ਇਸਰੋ ਇਸ ਨੇ 104 ਇਕੱਠੇ ਸੈਟੇਲਾਈਟ ਭੇਜੇ ਸੀ ਠੀਕ ਹੈ ਇਹ ਰਿਕਾਰਡ ਵੀ ਬਣ ਗਿਆ ਠੀਕ ਹੈ ਸੈਟੇਲਾਈਟ ਭੇਜੇ ਸੀ ਰਿਕਾਰਡ ਬਣ ਗਿਆ ਤੇ ਇਹ ਕਿਹੜੇ ਵਾਹਨ ਦੁਆਰਾ ਠੀਕ ਹੈ ਕਿਹੜੇ ਵਿਕਲਪ ਦੁਆਰਾ ਇਹ ਅੰਤਰਿਕਸ਼ ਵਿੱਚ ਭੇਜੇ ਗਏ ਸੀ ਯਾਦ ਰੱਖੋ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ PSLV C37 ਠੀਕ ਹੈ ਤੇ 104 ਸੈਟਲਾਈਟ ਜਿਹੜੇ ਲਾਂਚ ਕੀਤੇ ਸੀ ਇਹ ਕਿਹੜੇ ਸਪੇਸ ਸੈਂਟਰ ਵਿੱਚੋਂ ਕੀਤੇ ਸੀ C37 ਸਪੇਸ ਸੈਂਟਰ ਵਿੱਚ ਕੀਤੇ ਸੀ ਇਹ ਸਪੇਸ ਸੈਂਟਰ ਕਿੱਥੇ ਹੈ ਸ੍ਰੀ ਹਰੀਕੋਟਾ ਵਿੱਚ ਹੈ ਤੇ ਸ੍ਰੀ ਹਰੀਕੋਟਾ ਕਿੱਥੇ ਹੈ ਅੰਧਰਾ ਪ੍ਰਦੇਸ਼ ਵਿੱਚ ਹੈ ਓਕੇ ਦੋਸਤੋ ਅੱਜ ਦੀ ਕਲਾਸ ਵਿੱਚ ਐਨੇ ਹੀ ਕੁਐਸਚਨ ਕਵਰ ਕਰਾਂਗੇ ਬਾਕੀ ਦੇ ਆਪਾਂ ਨੈਕਸਟ ਵੀਡੀਓ ਵਿੱਚ ਕਵਰ ਕਰਾਂਗੇ ਉਦੋਂ ਤੱਕ ਕੀ ਹੈ WhatsApp ਗਰੁੱਪ ਜੁਆਇਨ ਕਰ ਲਓ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ